ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਾਸਟਰ ਕਾਰਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਚ ਤੁਹਾਨੂੰ ਜਾਣਕਾਰੀ ਦੇਵਾਂਗੇ ਈਟੀਟੀ 5994 ਭਰਤੀ ਦੀ ਸਕਰੂਟੀਨੀ ਦੇ ਸਬੰਧ ਦੇ ਵਿੱਚ ਮੈਰਿਟ ਦੇ ਸਬੰਧ ਦੇ ਵਿੱਚ ਕਿ ਹੁਣ ਤੱਕ ਜਿਹੜਾ ਈਟੀਟੀ 5994 ਭਰਤੀ ਦੇ ਕਿੰਨੇ ਉਮੀਦਵਾਰਾਂ ਦੀ ਜਿਹੜੀ ਸਕਰੂਟੀਨੀ ਟੋਟਲ ਹੋ ਚੁੱਕੀ ਹੈ ਅਤੇ ਕਿੰਨੇ ਹੋਰ ਉਮੀਦਵਾਰਾਂ ਦੀ ਜਿਹੜੀ ਸਕਰੂਟੀਨੀ ਹੋ ਸਕਦੀ ਹੈ ਕਿਹੜੀ ਕੈਟਾਗਰੀ ਦੇ ਕਿੰਨੇ ਉਮੀਦਵਾਰਾਂ ਦੀ ਹੋਈ ਹੈ ਹੁਣ ਤੱਕ ਤੇ ਨਾਲ ਹੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੇਪਰ ਪੰਜਾਬੀ ਦਾ ਰੀਕੰਡਕਟ ਕਰਵਾਇਆ ਗਿਆ ਉਸ ਪੇਪਰ ਨੂੰ ਕਰਵਾਉਣ ਤੋਂ ਪਹਿਲਾਂ ਲਗਭਗ 6000 ਬੰਦੇ ਦੀ ਜਿਹੜੀ ਸਕਰੂਟੀਨੀ ਹੈ ਉਹ ਹੋ ਚੁੱਕੀ ਸੀ ਕਿਉਂਕਿ 5994 ਪੋਸਟਾਂ ਨੇ ਤੇ ਉਸ ਤੋਂ ਬਾਅਦ ਪੇਪਰ ਨੂੰ ਰੀਕੰਡਕਟ ਕਰਵਾਉਣ ਤੋਂ ਬਾਅਦ ਕੁਝ ਨਵੇਂ ਕੈਂਡੀਡੇਟਸ ਨੇ ਜਿਹੜੇ ਉਹ ਐਡ ਹੋਏ ਸੀਗੇ ਤਾਂ ਹੁਣ ਟੋਟਲ ਕਿੰਨੇ ਉਮੀਦਵਾਰ ਹੋ ਚੁੱਕੇ ਨੇ ਜਿਨ੍ਹਾਂ ਦੀ ਸਕਰੂਟੀਨੀ ਜਿਹੜੀ ਹੋ ਚੁੱਕੀ ਹੈ ਤੇ ਨਾਲ ਹੀ ਸਿੱਖਿਆ ਵਿਭਾਗ ਦੇ ਵੱਲੋਂ ਭਰਤੀ ਬੋਰਡ ਦੇ ਵੱਲੋਂ ਦੇਰ ਰਾਤ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਈਟੀਟੀ 5994 ਭਰਤੀ ਦੇ ਸਬੰਧ ਦੇ ਵਿੱਚ ਉਸ ਦੇ ਬਾਰੇ ਵੀ ਤੁਹਾਨੂੰ ਇਸ ਵੀਡੀਓ 'ਚ ਜਾਣਕਾਰੀ ਦੇਵਾਂਗੇ ਸਕਰਟਰੀ ਦੇ ਸਬੰਧ ਦੇ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਕਰਕੇ ਜਿਹੜੇ ਜਿਹੜੇ ਈਟੀਟੀ 9594 ਭਰਤੀ ਨਾਲ ਸੰਬੰਧਤ ਸਾਥੀ ਨੇ ਉਹ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਹੀ ਆਪਣੇ ਚੈਨਲ ਤੇ ਬਣੇ ਰਹੋ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਸਿੱਖਿਆ ਵਿਭਾਗ ਦੀ ਕੋਈ ਵੀ ਜਾਣਕਾਰੀ ਆਉਂਦੀ ਹੈ ਭਰਤੀ ਦੀ ਆਉਂਦੀ ਹੈ ਈਟੀਟੀ ਬਾਰੇ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਜੜੀ ਉਹ ਮਿਲਦੀ ਰਹੇ ਤਪਾ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਦੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਆਪਾਂ ਸਕਰੂਟੀਨੀ ਬਾਰੇ ਗੱਲਬਾਤ ਕਰਾਂਗੇ ਕੱਲੀ-ਕੱਲੀ ਕੈਟਾਗਰੀ ਦੀ ਕਿ ਹੁਣ ਤੱਕ ਕਿੰਨੀ ਹੋ ਚੁੱਕੀ ਹੈ ਸਕਰੂਟੀਨੀ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਦਿੰਨਾ ਜੋ ਕਿ ਦੇਰ ਰਾਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਭਰਤੀ ਬੋਰਡ ਦੇ ਵੱਲੋਂ 23 8 2024 ਨੂੰ ਇਹਦੇ ਵਿੱਚ ਦੱਸਿਆ ਗਿਆ ਕਿ ਈਟੀਟੀ 5994 ਭਰਤੀ ਕੈਡਰ ਦੀਆਂ ਅਸਾਮੀਆਂ ਨੂੰ ਭਰਨ ਲਈ 22 8 24 ਤੋਂ ਪਹਿਲਾਂ ਵੱਖ-ਵੱਖ ਮਿਤੀਆਂ ਨੂੰ ਜਿਹੜਾ ਉਮੀਦਵਾਰਾਂ ਦੀ ਜਿਹੜੀ ਸਕਰੂਟੀਨੀ ਕੀਤੀ ਗਈ ਸੀ ਤਾਂ 5994 ਭਰਤੀ ਦੀ ਹੁਣ ਤੱਕ ਜਿੰਨੀ ਸਕਰੂਟੀਨੀ ਹੋਈ ਹੈ ਟੋਟਲ ਜਿੰਨੀ ਹੋਈ ਹੈ ਜਿਹੜੀ ਪਹਿਲਾਂ ਵੀ ਹੋਈ ਹੈ ਤੇ ਜਿਹੜੀ ਹੁਣ ਤੱਕ ਹੋਈ ਹੈ ਉਸ ਸਾਰੇ ਸਕਰੂਟੀਨੀ ਦੇ ਵਿੱਚ ਜਿਹੜੇ ਗੈਰ ਹਾਜ਼ਰ ਉਮੀਦਵਾਰ ਨੇ ਤਾਂ ਉਹਦੇ ਵਿੱਚ ਗੈਰ ਹਾਜ਼ਰ ਉਮੀਦਵਾਰਾਂ ਨੂੰ ਜਿਹੜਾ ਇੱਕ ਵਾਰੀ ਫੇਰ ਮੌਕਾ ਦਿੱਤਾ ਜਾਂਦਾ ਹੈ 27 8 2024 ਨੂੰ ਯਾਨੀ ਕਿ 27 ਅਗਸਤ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਉਹ ਆਪਣੇ ਦਸਤਾਵੇਜ਼ ਲੈ ਕੇ ਸਕਰੂਟੀਨੀ ਕਰਵਾਉਣ ਦਾ ਇੱਕ ਆਖਰੀ ਮੌਕਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਸਕਰੂਟੀਨੀ ਕਰਵਾਉਣ ਦਾ ਹੋਰ ਮੌਕਾ ਨਹੀਂ ਦਿੱਤਾ ਜਾਊਗਾ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੀ ਪਹਿਲਾਂ ਸਕਰੂਟੀਨੀ ਹੋਈ ਆ ਜਾਂ ਪਹਿਲਾਂ ਲਿਸਟ ਦੇ ਵਿੱਚ ਨਾਮ ਆਇਆ ਜੇਕਰ ਕਿਸੇ ਦਾ ਦੁਬਾਰਾ ਲਿਸਟ ਦੇ ਵਿੱਚ ਨਾਮ ਆਉਂਦਾ ਨਵੇਂ ਬੰਦੇ ਦਾ ਨਵੀਂ ਲਿਸਟ ਜਾਰੀ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਇੱਕ ਮੌਕਾ ਜ਼ਰੂਰ ਮਿਲੂਗਾ ਕਿਉਂਕਿ ਡਿਪਾਰਟਮੈਂਟ ਦੇ ਇਹ ਰੂਲ ਹੁੰਦੇ ਨੇ ਕਿ ਇੱਕ ਮੌਕਾ ਦੇਣਾ ਹੀ ਦੇਣਾ ਹੁੰਦਾ ਲਾਜ਼ਮੀ ਜਿਨ੍ਹਾਂ ਦਾ ਇੱਕ ਵਾਰੀ ਕੋਈ ਚਾਂਸ ਰਹਿ ਗਿਆ ਹੁੰਦਾ ਉਹਨਾਂ ਨੂੰ ਦੁਬਾਰਾ ਮੌਕਾ ਮਿਲਣਾ ਹੀ ਨਹੀਂ ਮਿਲਣਾ ਹੁੰਦਾ ਇਸ ਕਰਕੇ ਇਹ ਲਾਸਟ ਮੌਕਾ ਦਿੱਤਾ ਗਿਆ ਜਿਨ੍ਹਾਂ ਦੀ ਹੁਣ ਤੱਕ ਸਕਰੂਟੀਨੀ ਹੋਈ ਆ ਜਿਹੜੇ 6000 ਉਹਦੇ ਸੰਬੰਧੀ ਇਹ ਨੋਟੀਫਿਕੇਸ਼ਨ ਦੇਰ ਰਾਤ ਜਾਰੀ ਕੀਤਾ ਗਿਆ ਸੀਗਾ ਸਿੱਖਿਆ ਵਿਭਾਗ ਦੇ ਵੱਲੋਂ ਤਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ ਸਕਰੂਟਨੀ ਦੇ ਸੰਬੰਧ ਵਿੱਚ ਹੁਣ ਤੱਕ ਕਿੰਨਿਆਂ ਦੀ ਹੋ ਚੁੱਕੀ ਹੈ ਆਹ ਇੱਕ ਆਂਕੜੇ ਨੇ ਇਹ ਜਾਰੀ ਕੀਤੇ ਗਏ ਸੀਗੇ ਐਕਸਲ ਦੇ ਅਕੋਰਡਿੰਗ ਤਾਂ ਇਹਦੇ ਵਿੱਚ ਜਿਹੜਾ ਟੋਟਲ 5994 ਪੋਸਟਾਂ ਦੇ ਸੰਬੰਧ ਵਿੱਚ 6017 ਬੰਦਿਆਂ ਦੀ ਜਿਹਦੇ ਵਿੱਚ ਸਕਰੂਟਨੀ ਜਿਹੜੀ ਦੱਸੀ ਗਈ ਹੈ ਕਿ ਹੋਈ ਸੀਗੀ ਹੁਣ ਤੱਕ ਪਰ ਉਸ ਤੋਂ ਬਾਅਦ ਜਿਹੜਾ ਪੰਜਾਬੀ ਦਾ ਪੇਪਰ ਆ ਉਹ ਰੀਕੰਡਕਟ ਕਰਵਾਇਆ ਗਿਆ ਤਾਂ ਪੰਜਾਬੀ ਦਾ ਪੇਪਰ ਰੀਕੰਡਕਟ ਹੋਣ ਤੋਂ ਬਾਅਦ ਇਹਦੇ ਵਿੱਚ 414 ਤਕਰੀਬਨ ਬੰਦੇ ਨਵੇਂ ਜਿਹੜੇ ਐਡ ਹੋ ਚੁੱਕੇ ਨੇ ਭਰਤੀ ਦੇ ਵਿੱਚ ਤਾਂ ਹੁਣ ਆਪਾਂ ਜੇਕਰ ਗੱਲ ਕਰੀਏ ਤਾਂ ਹੁਣ ਟੋਟਲ ਇਹਦੇ ਵਿੱਚ ਲਗਭਗ 6430 ਦੇ ਤਕਰੀਬਨ ਨਵੇਂ ਜਿਹੜੇ ਉਮੀਦਵਾਰ ਨੇ ਟੋਟਲ ਹੋ ਚੁੱਕੇ ਨੇ ਯਾਨੀ ਕਿ 6000 ਪਲੱਸ ਪਹਿਲਾਂ ਸੀ ਤੇ 400 ਪਲੱਸ ਹੁਣ ਐਡ ਹੋ ਚੁੱਕੇ ਨੇ ਤਾਂ ਟੋਟਲ 6400 ਜਿਹੜਾ ਬੰਦਾ ਸੈਕਟਰੀਰੀ ਦੇ ਵਿੱਚ ਐਡ ਹੋ ਚੁੱਕਿਆ ਹੈ ਭਰਤੀ ਦੇ ਵਿੱਚ 400 ਬੰਦਾ ਜਿਹੜਾ ਨਵਾਂ ਐਡ ਹੋਇਆ ਹੈ ਜਿਹੜਾ ਪੰਜਾਬੀ ਦਾ ਪੇਪਰ ਪਾਸ ਕਰਨ ਤੋਂ ਬਾਅਦ ਜੇਕਰ ਆਪਾਂ ਕੈਟਾਗਰੀਆਂ ਦੀ ਗੱਲ ਕਰੀ ਤਾਂ ਸਭ ਤੋਂ ਜ਼ਿਆਦਾ ਕੈਂਡੀਡੇਟ ਨੇ ਜਿਹੜੇ ਜਰਨਲ ਕੈਟਾਗਰੀ ਨਾਲ ਸੰਬੰਧਿਤ ਨੇ ਓਪਨ ਨਾਲ ਵੈਸੇ ਓਪਨ ਦੀਆਂ ਜੇਕਰ ਬਿਨਾਂ ਬੈਕਲੌਗ ਤੋਂ ਗੱਲ ਕਰੀਏ ਤਾਂ 1170 ਪੋਸਟਾਂ ਨੇ ਤਾਂ ਉਸ ਤੋਂ ਬਾਅਦ ਜਿਹੜੇ 2994 ਬੈਕਲੌਗ ਦੀਆਂ ਪੋਸਟਾਂ ਨੇ ਜੇਕਰ ਉਹ ਡੀ ਰਿਜ਼ਰਵ ਹੁੰਦੀਆਂ ਨੇ ਤਾਂ ਓਪਨ ਨੂੰ ਵੈਸੇ ਕਾਫੀ ਸੀਟਾਂ ਮਿਲ ਜਾਣਗੀਆਂ ਪਰ ਉਸ ਤੋਂ ਬਿਨਾਂ ਜਿਹੜੇ 1170 ਪੋਸਟਾਂ ਨੇ ਤਾਂ ਓਪਨ ਦੇ ਵਿੱਚ 3278 ਬੰਦਿਆਂ ਦੀ ਪਹਿਲਾਂ ਸਕਰੂਟੀਨੀ ਹੋਈ ਸੀ ਉਸ ਤੋਂ ਬਾਅਦ ਹੁਣ ਜਿਹੜੀ ਸਕਰੂਟੀਨੀ ਦੇ ਵਿੱਚ 82 ਬੰਦੇ ਹੋਰ ਐਡ ਹੋ ਗਏ ਨੇ ਤਾਂ ਓਪਨ ਦੇ ਵਿੱਚ ਲਗਭਗ ਤੇ 3350 ਦੇ ਬੰਦਾ ਤਕਰੀਬਨ ਐਡ ਜਿਹੜਾ ਹੋ ਚੁੱਕਿਆ ਹੈ ਇਹਦੇ ਵਿੱਚ ਲਗਭਗ 3360 65 ਬੰਦੇ ਜਿਹੜੇ ਓਪਨ ਦੇ ਵਿੱਚ ਐਡ ਹੋ ਚੁੱਕੇ ਨੇ ਇਸੇ ਤਰ੍ਹਾਂ ਐਸੀ ਐਮਬੀ ਦੇ ਵਿੱਚ 670 ਕ ਬੰਦਿਆਂ ਦੀ ਸਕਰੂਟਰੀ ਹੋਈ ਹੈ ਹਾਲਾਂਕਿ ਸੀਟਾਂ 300 ਨੇ ਤਾਂ ਇਹਦੇ ਵਿੱਚ ਕੁਝ ਓਪਨ ਦੇ ਵਿੱਚ ਚਲੇ ਜਾਣਗੇ ਤਾਂ ਇਹਦੇ ਵਿੱਚ ਵੈਸੇ ਸਾਰੇ ਹੀ YouTube ਵਾਲੇ ਵੀ ਜਾਂ ਸਾਰੇ ਹੀ ਅੰਕੜੇ ਦੱਸਦੇ ਨੇ ਕਿ ਉਹ ਜਿਹੜੇ ਜੇਕਰ ਪੋਸਟਾਂ ડી ਰਿਜ਼ਰਵ ਹੁੰਦੀਆਂ ਨੇ ਤਾਂ ਐਮਬੀ ਕੈਟਾਗਰੀ ਦਾ ਕੋਈ ਵੀ ਸਟੂਡੈਂਟ ਹੈ ਜਿਹੜਾ ਨਹੀਂ ਰਹੂਗਾ ਕਿਉਂਕਿ ਇਹਦੇ ਵਿੱਚ 24 ਜਿਹੜੇ ਬੰਦੇ ਦੇ 24 ਸਵਾਲ ਸਹੀ ਨੇ ਜਿਹਦੇ 48 ਨੰਬਰ ਬਣੇ ਨੇ ਉਹਦਾ ਵੀ ਨਾਮ ਹੈ ਜਿਹੜਾ ਸਕਰੂਟਰੀ ਲਈ ਬੁਲਾ ਲਿਆ ਗਿਆ ਹੈ ਤਾਂ ਇਹ ਬਹੁਤ ਇਦੂ ਘਟ ਦਾ ਨੰਬਰ ਕਿਸੇ ਦੇ ਕੀ ਹੋਣਗੇ ਇਸ ਤੋਂ ਬਾਅਦ ਆਰਓ ਦੀ ਗੱਲ ਕਰੀਏ ਤਾਂ ਆਰਓ ਦੇ ਵਿੱਚ 659 ਬੰਦੇ ਬੁਲਾਏ ਗਏ ਨੇ ਤਾਂ ਇਹਦੇ ਵਿੱਚ ਨਵੇਂ ਵੀ ਐਡ ਹੋ ਚੁੱਕੇ ਨੇ ਇਹਦੇ ਵਿੱਚ ਆਰਓ ਦੇ ਵਿੱਚ 36 ਬੰਦੇ ਨਵੇਂ ਐਡ ਹੋ ਗਏ ਈਡਬਲਯੂਐਸ ਦੇ ਵਿੱਚ 300 ਪੋਸਟਾਂ ਤਾਂ 300 46 ਬੰਦੇ ਹੀ ਬੁਲਾਏ ਗਏ ਨੇ ਜਾਨੀ ਕਿ ਸਿਰਫ 46 ਬੰਦੇ ਵੱਧ ਨੇ ਤਾਂ ای ਡਬਲਯੂ ਐਸ ਦੇ ਵਿੱਚ 17 ਬੰਦੇ ਹੋਰ ਐਡ ਹੋ ਗਏ ਨੇ ਇਹਦੇ ਵਿੱਚ ਟੋਟਲ ਜਿਹੜੇ 363 ਪੋਸਟਾਂ ਜਿਹੜੀਆਂ 363 ਬੰਦੇ ਹੋ ਚੁੱਕੇ ਨੇ ਇਸੇ ਤਰ੍ਹਾਂ ਆਰਥੋ ਦੇ ਵਿੱਚ 84 ਐਕਸ ਸਰਵਿਸਮੈਨ ਜਰਨਲ ਦੇ ਵਿੱਚ 46 ਬੰਦੇ ਨੇ ਤਾਂ ਇਹਦੇ ਵਿੱਚ ਐਕਸ ਸਰਵਿਸਮੈਨ ਜਰਨਲ ਦੇ ਵਿੱਚ ਟੋਟਲ 12 ਬੰਦੇ ਹੋਰ ਐਡ ਹੋ ਗਏ ਨੇ ਜਾਨੀ ਕਿ 58 ਬੰਦੇ ਹੋ ਗਏ ਨੇ ਤੇ ਇਹਦੇ ਇਸ ਤੋਂ ਬਾਅਦ ਜੇਕਰ ਆਪਾਂ ਵੱਡੀ ਕੈਟਾਗਰੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਫ੍ਰੀਡਮ ਫੈਕਟਰ ਦੇ ਵਿੱਚ 13 ਬੰਦੇ ਨੇ ਤੇ ਤਿੰਨ ਹੋਰ ਐਡ ਹੋ ਗਏ ਨੇ 16 ਹੋ ਚੁੱਕੇ ਨੇ ਜਨਰਲ ਸਪੋਰਟਸ ਦੇ ਵਿੱਚ 73 ਬੰਦੇ ਪਹਿਲਾਂ ਨੇ ਤੇ ਨੌ ਹੋਰ ਐਡ ਹੋ ਚੁੱਕੇ ਨੇ ਜਨਨ ਕਿ 82 ਬੰਦੇ ਹੋ ਚੁੱਕੇ ਨੇ ਸਭ ਤੋਂ ਜ਼ਿਆਦਾ ਆਪਾਂ ਜੇਕਰ ਮੇਨ ਕੈਟਾਗਰੀ ਦੀ ਗੱਲ ਕਰੀਏ ਤਾਂ ਉਹ ਓਪਨ ਐਮ ਬੀ ਆਰਓ ਬੀਸੀ ਬੀਸੀ ਕੈਟਾਗਰੀ ਦੇ ਵੀ 300 ਪੋਸਟਾਂ ਨੇ ਵੈਸੇ ਤਾਂ ਜਿਹੜੀਆਂ 3000 ਦੇ ਅਕੋਰਡਿੰਗ ਹਾਲਾਂਕਿ ਜਿਹੜੀਆਂ ਬੈਕਲੌਗ ਦੀਆਂ ਪੋਸਟਾਂ ਨੇ ਉਹ ਚਲੋ ਬਾਅਦ ਚੋਂ ਪਤਾ ਲੱਗੂਗਾ ਕਿ ਕੀ ਉਹਦਾ ਰੂ ਕਿ ਉਹ ਕਦੋਂ ḍi reserve ਹੋਣਗੀਆਂ ਦੂਸਰੀ ਲਿਸਟ 'ਚ ਹੋਣਗੀਆਂ ਪਹਿਲੀ 'ਚ ਹੋਣਗੀਆਂ ਕਿ ਤੀਸਰੀ 'ਚ ਹੋਣਗੀਆਂ ਤਾਂ BC ਦੇ ਵਿੱਚ 671 ਪੋਸਟਾਂ ਬੰਦੇ ਪਹਿਲਾਂ ਐਡ ਨੇ ਤਾਂ BC ਦੇ ਵਿੱਚ ਹੁਣ ਨਵੇਂ ਜਿਹੜੇ ਐਡ ਹੋ ਚੁੱਕੇ ਨੇ 29 ਹੋਰ ਐਡ ਹੋ ਚੁੱਕੇ ਨੇ ਤਾਂ ਟੋਟਲ 700 ਬੰਦਾ BC ਕੈਟਾਗਰੀ ਦੇ ਵਿੱਚ ਐਡ ਹੋ ਚੁੱਕਿਆ ਤੇ ਪੋਸਟਾਂ ਪਹਿਲੀ ਜੇਕਰ ਉਹਦੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਗੱਲ ਕਰੀਏ ਤਾਂ ਸਿਰਫ 300 ਪੋਸਟਾਂ ਨੇ ਤਾਂ ਮੈਰਿਟ ਦੀ ਜੇਕਰ ਆਪਾਂ ਗੱਲ ਕਰੀਏ ਮੈਰਿਟ ਦੇ ਸੰਬੰਧੀ ਹਲੇ ਕਹਿਣਾ ਫਿਲਹਾਲ ਬਹੁਤ ਔਖਾ ਹੈ ਕਿ ਕਿੰਨੀ ਜਾਊਗੀ ਕਿਉਂਕਿ ਜੇਕਰ ਆਪਾਂ 1170 ਦੇ ਅਕੋਰਡਿੰਗ ਗੱਲ ਕਰੀਏ ਤਾਂ ਓਪਨ ਦੇ ਵਿੱਚ 130 ਤੱਕ ਹੀ ਜਿਹੜੇ ਕੈਂਡੀਡੇਟ ਆ ਉਹ ਆਉਂਦੇ ਨੇ 130 32 ਤੱਕ ਕਿਉਂਕਿ 130 32 ਤੱਕ ਜਿੰਨੇ ਕੈਂਡੀਡੇਟ ਆਉਂਦੇ ਨੇ ਉਹ 1170 ਪੋਸਟਾਂ ਦੇ ਅਕੋਰਡਿੰਗ ਹੀ ਆਉਂਦੇ ਨੇ ਵੈਸੇ ਇਹ ਆ ਵੀ ਹਲੇ 364 ਜੇਕਰ ਪਹਿਲਾਂ ਪੂਰੀ ਹੁੰਦੀ ਹੈ ਜਾਂ ਬਾਕੀ ਕਈ ਡਬਲਿੰਗ ਵਾਲੇ ਕੈਂਡੀਡੇਟ ਹੁੰਦੇ ਨੇ ਜਾਂ ਬਹੁਤ ਹਲਚਲ ਹੋਣੀ ਹੈ ਕਿਉਂਕਿ ਜੇਕਰ ਪੋਸਟਾਂ ਡੀ ਰਿਜ਼ਰਵ ਹੁੰਦੀਆਂ ਨੇ ਤਾਂ ਲਗਭਗ 1000 ਪੋਸਟ ਹੋਰ ਵੀ ਵਧਣੀ ਹੈ ਤਾਂ ਇਹ ਜਿਹੜੀ 130 32 ਵਾਲੀ ਮੈਰਿਟ ਹੈ ਇਹ ਬਹੁਤ ਡਾਊਨ ਜਾਊਗੀ 124 22 26 ਇੱਥੇ ਇੱਥੇ ਤੱਕ 26 24 22 ਇੱਥੇ ਤੱਕ ਕੌਣ ਦੀ ਉਮੀਦ ਹੈ ਤੇ ਜੇਕਰ ਆਪਾਂ ਗੱਲ ਕਰੀਏ ਐਸਸੀ ਐਮਬੀ ਤਾਂ ਸਾਰੇ ਸਿਲੈਕਟ ਹੋ ਸਕਦੇ ਆ ਆਰਓ ਦੇ ਵਿੱਚ 122 122 ਜਾਂ 24 ਤੱਕ ਸ਼ਾਇਦ ਜਿਹੜੇ 300 ਪੋਸਟਾਂ ਦੇ ਅਕੋਰਡਿੰਗ ਆਉਂਦੇ ਨੇ ਇਸੇ ਤਰ੍ਹਾਂ ਬੀਸੀ ਕੈਟਾਗਰੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ 122 124 ਨੰਬਰ ਤੱਕ ਜਿਹੜੇ ਕੈਂਡੀਡੇਟ ਆ ਉਹ ਆਉਂਦੇ ਆ ਬਾਕੀ ਮੇਨ ਗੱਲ ਰਹੀ ਹੈ ਥੋੜੇ ਜਿਹੜਾ ਧਰਨਾ ਚੱਲ ਰਿਹਾ ਹੈ 8894 ਦਾ ਕਿਉਂਕਿ ਧਰਨੇ ਦੇ ਕਰਕੇ ਹੀ ਜਿਹੜਾ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੇਕਰ ਧਰਨੇ ਦੇ ਵਿੱਚ ਮਜ਼ਬੂਤੀ ਰਹੂਗੀ ਤਾਂ ਬਹੁਤ ਜਲ ਜਿਹੜੀਆਂ ਲਿਸਟਾਂ ਉਹ ਜਾਰੀ ਹੋ ਸਕਦੀਆਂ ਨੇ ਜਿਵੇਂ ਜਿਵੇਂ ਪਹਿਲੀਆਂ ਲਿਸਟਾਂ ਜਾਰੀ ਹੋਣਗੀਆਂ ਪਹਿਲੇ ਤਾਂ ਜਿਹੜੇ ਕੈਂਡੀਡੇਟ ਜਿਹੜੇ ਸਲੈਕਟ ਹੋ ਜਾਣਗੇ ਜਿਨ੍ਹਾਂ ਦੇ ਜਿਆਦਾ ਨੰਬਰ ਮੇਨ ਡਾਰਾ ਦੂਸਰੇ ਕੈਂਡੀਡੇਟਸ ਨੂੰ ਇਸ ਕਰਕੇ ਜਿਹੜੇ ਦੂਸਰੀ ਜਾਂ ਤੀਸਰੀ ਲਿਸਟ ਵਾਲੇ ਨੇ ਜਿਨ੍ਹਾਂ ਨੂੰ ਸਿਰਫ ਬੈਕਲੌਗ ਤੇ ਹੀ ਆਸ ਹੈ ਉਹ ਸਾਰੇ ਇਕੱਠੇ ਹੋ ਕੇ ਧਰਨਾ ਲਾਉਂਦੇ ਨੇ ਤਾਂ ਜੇਕਰ ਬੈਕਲੌਗ ਦੀਆਂ ਪੋਸਟਾਂ ਡੀ ਰਿਜ਼ਰ ਦਾ ਮੈਰਿਟਾ ਜਿਹੜੀ ਉਹ ਬਹੁਤ ਡਾਊਨ ਜਾ ਸਕਦੀ ਆ ਬਾਕੀ ਆਪਾਂ ਕੱਲੀ ਕੱਲੀ ਕੈਟਾਗਰੀ ਵਾਰੀ ਜਦੋਂ ਪਹਿਲੀ ਲਿਸਟ ਜਾਰੀ ਹੋਗੀ ਉਦੋਂ ਆਪਾਂ ਦੱਸਾਂਗੇ ਕਿ ਹੁਣ ਕਿੰਨੀ ਮੈਰਿਟ ਡਾਊਨ ਜਾ ਸਕਦੀ ਆ ਪੋਸਟਾਂ ਡੀਜ਼ਰਵ ਹੋਣਗੀਆਂ ਜਦੋਂ ਇਸ ਕਰਕੇ ਇਹ ਜਾਣਕਾਰੀ ਸੀਗੀ ਸਕਰੂਟਰੀ ਨਾਲ ਸੰਬੰਧ ਦੇ ਵਿੱਚ ਕਿ 6000 ਬੰਦਾ ਪਹਿਲਾਂ ਸੀ 400 ਹੋਰ ਐਡ ਹੋ ਗਿਆ ਟੋਟਲ 4400 ਬੰਦੇ ਦੀ ਸਕਰੂਟਨੀ ਹੋਈ ਹੈ ਤਾਂ ਹਲੇ ਲਗਭਗ ਆਪਾਂ ਕਹਿ ਸਕਦੇ ਆ ਕਿ 500 1000 ਬੰਦੇ ਦੀ ਹੋਰ ਸਕਰੂਟਰੀ ਜਿਹੜੀ ਹੋਊਗੀ ਤੇ ਹੋ ਸਕਦੀ ਆ ਬਾਕੀ ਤੁਸੀਂ ਚੈਨਲ ਤੇ ਬਣੇ ਰਹੋ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤੋ ਦੀ ਹਰ ਇੱਕ ਅਪਡੇਟ ਤੁਹਾਨੂੰ ਆਪਾਂ ਵੀਡੀਓ ਪਾ ਕੇ ਦਿੰਦੇ ਰਹਨੇ ਆ ਤੇ ਨਾਲ ਹੀ ਆਪਣਾ WhatsApp ਦਾ ਜਿਹੜਾ ਗਰੁੱਪ ਬਣਿਆ ਹੋਇਆ ਉਸ ਗਰੁੱਪ ਦਾ ਲਿੰਕ ਆ ਜਿਹੜਾ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮੈਂ ਹਰ ਵੀਡੀਓ ਦੇ ਵਿੱਚ ਪਾਉਣਾ ਹੁੰਦਾ ਤਾਂ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਥੈਂਕ ਯੂ ਸੋ ਮੱਚ